ਤੁਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਹੁਲਾ ਮਹੱਲਾ 2022 ਪ੍ਰਸ਼ਾਸਨ ਨੇ ਸੰਗਤ ਲਈ ਕੀਤੇ ਵਿਸ਼ੇਸ਼ ਪ੍ਰਬੰਧ ਜਾਰੀ ਕੀਤੀਆਂ ਹਦਾਇਤਾਂ ਹੋਲਮ ਹੱਲਾ 2022 ਦਾ ਤਿਹਾਰ ਕੀਰਤਪੁਰ ਸਾਹਿਬ ਵਿਖੇ 14 ਤੋਂ 16 ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 17 ਤੋਂ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਪ੍ਰਸ਼ਾਸਨ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ ਨੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਲੱਖਾਂ ਸੰਗਤਾਂ ਨੂੰ ਮੇਲਾ ਖੇਤਰ ਨਾਲ ਸੰਬੰਧਤ ਸਮੁੱਚੀ ਜਾਣਕਾਰੀ ਦੇਣ ਦੇ ਲਈ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਵੈੱਬਸਾਈਟ ਤਿਆਰ ਕੀਤੀ ਗਈ ਆ ਇਸ ਵੈੱਬਸਾਈਟ ਦੇ ਵਿੱਚ ਹੋਲੇ ਮਹੱਲੇ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਜਿਸ ਨਾਲ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਵਿਸ਼ੇਸ਼ ਸਹੂਲਤ ਮਿਲੇਗੀ ਕਪੂਰਥਲਾ ਜ਼ਿਲ੍ਹੇ ਵਿੱਚ ਇੱਕੋ ਦਿਨ ਤਿੰਨ ਥਾਣੇਦਾਰਾਂ ਦੀ ਹੋਈ ਮੌਤ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀਰਵਾਰ ਨੂੰ ਜ਼ਿਲ੍ਹੇ ਜੂਤਨਾਇਤ ਤਿੰਨ ਥਾਣੇਦਾਰਾਂ ਦੀ ਅਚਾਨਕ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚੋਂ ਇੱਕ ਦੀ ਪਛਾਣ ਐਸਆਈ ਅਮਰਜੀਤ ਸਿੰਘ ਪੁੱਤਰ ਹਰਪਜਨ ਸਿੰਘ ਵਾਸੀ ਪਿੰਡ ਔਜਲਾ ਗੋਗੀ ਜੋਗੀ ਰੋਡ ਨਜ਼ਦੀਕ ਔਜਲਾ ਫਾਟਕ ਦੇ ਰੂਪ ਵਿੱਚ ਹੋਈ ਇਹ ਮ੍ਰਿਤਕ ਸੁਲਤਾਨਪੁਰ ਲੋਧੀ ਸੇਟੀ ਥਾਣਾ ਚੋਂ ਤਨਾਇਤ ਸੀ ਸਿਹਤ ਖਰਾਬ ਹੋਣ ਦੇ ਚੱਲਦਿਆਂ ਕੁਝ ਦਿਨ ਘਰ ਤੋਂ ਹੀ ਇਲਾਜ ਕਰਵਾ ਰਿਹਾ ਸੀ ਵੀਰਵਾਰ ਸ਼ਾਮ ਨੂੰ ਸਿਹਤ ਵਿਗੜੀ ਨੇੜਲੇ ਹਸਪਤਾਲ ਚੋਂ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਰਤਕ ਲਾ ਦਿੱਤਾ ਦੂਜੇ ਦੀ ਪਹਿਚਾਣ ਏਐਸਆਈ ਸਰਜੀਤ ਸਿੰਘ ਪੁੱਤਰ ਸਰਦਾਰਾ ਸਿੰਘ ਥਾਣਾ ਸਦਰ ਮੂਲ ਵਾਸੀ ਕੋਕਲਪੁਰ ਦੇ ਰੂਪ ਵਿੱਚ ਹੋਈ ਆ ਜਿਹੜਾ ਕਿ ਐਸਐਸਪੀ ਦਫ਼ਤਰ ਦੇ ਵਿੱਚ ਤਨਾਤ ਸੀਨੇ ਦੇ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੇ ਬਾਅਦ ਉਸ ਨੂੰ ਜਿੱਥੇ ਲੈ ਕੇ ਹਸਪੀਟਲ ਜਾਇਆ ਗਿਆ ਤਾਂ ਉਸ ਦੀ ਵੀ ਮੌਤ ਹੋ ਗਈ ਤੀਜਾ ਏਐਸਆਈ ਚੰਨਣ ਸਿੰਘ ਜਿਸ ਨੂੰ ਬੀਤੇ ਦਿਨੀ ਸੀਨੇ ਦੇ ਵਿੱਚ ਦਰਦ ਹੋਣ ਦੇ ਨਾਲ ਉਸ ਨੇ ਦਮ ਤੋੜ ਦਿੱਤਾ ਤੀਨ ਦੇ ਵਿਆਹ ਲਈ ਪੈਸਿਆਂ ਦਾ ਇੰਤਜ਼ਾਮ ਨਾ ਹੋ ਤੇ ਪਿਤਾ ਨੇ ਕੀਤੀ ਖੁਦਕੁਸ਼ੀ ਪਹਿਲਾਂ ਤਿੰਨ 3 ੀਆਂ ਦੇ ਵਿਆਹਾਂ ਦੇ 6 ਲੱਖ ਦੇ ਕਰਜ਼ਾਈ ਹੋ ਚੁੱਕੇ ਬਾਪ ਨੇ ਚੌਥੀ 3 ੀ ਦੇ ਵਿਆਹ ਲਈ ਪੈਸੇ ਦਾ ਇੰਤਜ਼ਾਮ ਨਾ ਹੋਣ ਕਰਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਕਿਸਾਨ ਦੀ ਪਛਾਣ ਤਲਵੰਡੀ ਪਾਈ ਦੇ ਪਿੰਡ ਕਰਮੋਵਾਲਾ ਦੇ ਬੂਟਾ ਸਿੰਘ ਪੁੱਤਰ ਗਰਜਨ ਸਿੰਘ ਵਿਜੋਹੀਆ ਜੋ ਕਿ 1.5 ਏਕੜ ਜ਼ਮੀਨ ਦਾ ਮਾਲਕ ਸੀ ਸੋਣੀ ਦੀ ਮੁੱਖ ਫਸਲ ਕਣਕ ਬਨਣ ਵਾਲੀ ਤੂੜੀ ਦੇ ਪਾਸਮਾਨੀ ਜੜੇ ਸੋਣੀ ਦੀ ਮੁੱਖ ਫਸਲ ਕਣਕ ਤੋਂ ਬਨਣ ਵਾਲੀ ਤੂੜੀ ਦੇ ਬਾਇਂ ਦਿਨੀਆਂ ਸਮਾਨ ਨੂੰ ਛੂਗੇ ਹਨ ਜਿਸ ਕਰਕੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਆਪਣੀ ਪਹੁੰਚ ਤੋਂ ਵੱਧ ਤੂੜੀ ਨੂੰ ਰੱਖ ਚੰਗੇ ਭਾਅ ਤੇ ਵੇਚਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤੇ ਕਿਸਾਨਾਂ ਕੋਲ ਕਈ ਸਾਲ ਪੁਰਾਣੀ ਤੂੜੀ ਵੀ ਚੰਗੇ ਭਾਅ ਵੇਚੀ ਹੈ ਤੂੜੀ ਦਾ ਪਿਛਲੇ 10 12 12 ਸਾਲਾਂ ਤੋਂ ਕੰਮ ਕਰਨ ਵਾਲੇ ਪਿੰਡ ਪੱਖੋ ਕਾਲਾ ਦੇ ਸੀਰਾ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ 300 ਰੁਪਏ ਦੇ ਲਗਭਗ ਤੁੰਗ ਚੂੜੀ ਦਾ ਭਰ ਚੁੱਕਿਆ ਉਹਨਾਂ ਨੇ ਕਿਹਾ ਜੀ Rajasthan ਵਿੱਚ ਸਰੋਦੀ ਖੇਤੀ ਜ਼ਿਆਦਾ ਹੋਣ ਕਾਰਨ Rajasthan ਦੇ ਵਿੱਚ ਤੂੜੀ ਦੀ ਮੰਗ ਵਧ ਗਈ ਹੈ ਜਿਸ ਕਰਕੇ ਕਈ ਸਾਲਾਂ ਤੋਂ ਪਹਿਲੀ ਵਾਰ ਹੋਇਆ ਕਿ ਤੂੜੀ ਕਣਕ ਦੀ ਬਾੜੀ ਤੋਂ ਥੋੜਾ ਸਮਾਂ ਪਹਿਲਾਂ ਹੀ ਮਹਿੰਗੀ ਵਿਕਰੀ ਆ ਯੂਕਰੇਨ ਰਸ਼ੀਆ ਵਾਰ ਯੂਕਰੇਨ ਛੱਡ ਕੇ ਜਾਣ ਦੀਆਂ ਖਬਰਾਂ ਨੂੰ ਰਾਸ਼ਟਰਪਤੀ ਜ਼ੈਲਨਸਕੀ ਨੇ ਕੀਤਾ ਖਾਰਜ ਕਿਹਾ ਮੈਂ ਕਿਤੇ ਨਹੀਂ ਭੱਜਿਆ ਆਪਣੇ ਕਰ ਦੇ ਵਿੱਚ ਹਾਂ ਯੂਕਰੇਨ ਦੇ ਵਿੱਚ ਪਿਛਲੇ 10 ਦਿਨਾਂ ਤੋਂ ਜੰਗ ਲਗਾਤਾਰ ਜਾਰੀ ਹੈ ਰੂਸ ਦੇ ਹਮਲਿਆਂ ਤੋਂ ਯੂਕਰੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਜੁੱਧ ਦੀ ਵਜ੍ਹਾ ਨਾਲ ਹਾਲਾਤ ਦਿਨੋਂ ਦਿਨ ਵਿਕਟ ਦੇ ਜਾ ਰਹੇ ਨੇ ਰੂਸ ਦੀ ਬੰਬਾਰੀ ਵਿੱਚ ਹੁਣ ਤੱਕ 10 ਤੋਂ ਵੱਧ ਸ਼ਹਿਰ ਬਰਬਾਦ ਹੋ ਚੁੱਕੇ ਨੇ ਰੂਸੀ ਸੈਨਿਕ ਯੂਕਰੇਨ ਦੀ ਧਰਤੀ ਤੇ ਮਜਾਇਲਾਂ ਤੇ ਬੰਬ ਤਮਾਕਿਆਂ ਦੇ ਨਾਲ ਤਬਾਹੀ ਮਚਾ ਰਹੇ ਨੇ ਰਾਜਸਤਾਨੀ ਕੀਵ ਦੇ ਵਿੱਚ ਰੂਸੀ ਸੈਨਿਕਾਂ ਦੀ ਤਾਬੜ ਤੋੜ ਕਾਰਵਾਈ ਜਾਰੀ ਹੈ ਲਗਾਤਾਰ ਮੀਡੀਆ ਦੇ ਵੱਲੋਂ ਝੂਠੇ ਵਾਅਦੇ ਕੀਤੇ ਜਾ ਰਹੇ ਨੇ ਦਾਅਵੇ ਕੀਤੇ ਜਾ ਰਹੇ ਨੇ ਪੰਜਾਬ ਚੋਣਾਂ ਤੋਂ ਬੀਜਪੀ ਹਾਈ ਕਮਾਂਡ ਦਾ ਵੱਡਾ ਬਿਆਨ ਪੰਜਾਬ ਵਿੱਚ ਉਮੀਦ ਦੇ ਨਾਲੋਂ ਜ਼ਿਆਦਾ ਵਧੀਆ ਨਤੀਜੇ ਆਣਗੇ ਪੰਜਾਬ ਚੋਣਾਂ ਦੇ ਵਿੱਚ ਭਾਜਪਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਭਾਜਪਾ ਹਾਈ ਕਮਾਂਡ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਉਮੀਦ ਦੇ ਨਾਲੋਂ ਜ਼ਿਆਦਾ ਵਧੀਆ ਨਤੀਜੇ ਆਉਣਗੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ 65 ਤੋਂ ਵੱਧ ਸੀਟਾਂ ਤੇ ਚੋਣਾਂ ਲੜੀਆਂ ਨੇ ਜਥੇਦਾਰ ਕਰਨੈਲ ਪੀਰ ਮੁਹੰਮਦ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਵਿੱਚ 10 ਮਾਰਚ ਨੂੰ ਅਕਾਲੀ ਗੱਠਜੋੜ ਦੀ ਸਰਕਾਰ ਬਣੇਗੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਪਿੰਡ ਬਾਦਲ ਵਿੱਚ ਮੁਲਾਕਾਤ ਕੀਤੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ਤੇ ਤੰਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਅੱਜ ਜੋ ਰਾਹਤ ਮਿਲ ਰਹੀ ਹੈ ਉਹ ਭਾਜਪਾ ਸਰਕਾਰ ਦਾ ਚੋਣਵੀ ਆਫਰ ਹੈ ਚੋਣਾ ਖਤਮ ਹੋ ਰਹੀਆਂ ਨੇ ਇਸ ਦੇ ਨਾਲ ਹੀ ਤੇਲ ਦੀਆਂ ਕੀਮਤਾਂ ਦੀ ਕਮੀ ਦਾ ਵੀ ਆਫਰ ਖਤਮ ਹੋ ਜਾਵੇਗਾ ਫਟਾਫਟ ਪੈਟਰੋਲ ਟੈਂਕ ਫੁੱਲ ਕਰਵਾ ਲਓ ਮੋਦੀ ਦਾ ਚੋਣਵੀ ਅਫਰ ਖਤਮ ਹੋਣ ਤੱਕ ਤੁਹਾਨੂੰ ਇਹ ਛੋੜ ਹੈ ਰਣਜੀਤ ਸਾਗਰ ਡੈਮ ਤੋਂ ਪੰਜਾਬ ਦੀ 5000 ਹੈਕਟੇ ਰਕਬੇ ਨੂੰ ਮਿਲ ਸਕਦਾ ਪਾਣੀ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੇ 206 ਮੈਗਾਵਾਟ ਦੇ ਦੂਜੇ ਯੂਨਟ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦਾ ਨਿਰਮਾਣ ਕਰੀਬ 71% ਦੀ ਮੁਕੰਮਲ ਹੋ ਚੁੱਕਾ ਡੈਮ ਪ੍ਰਸ਼ਾਸਨ ਮੁਤਾਬਕ ਇਹੇ ਕੰਮ ਦਸੰਬਰ 2022 ਤੱਕ ਪੂਰਾ ਕਰ ਲਿਆ ਜਾਵੇਗਾ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੇ ਬਾਅਦ ਪੰਜਾਬ ਵਿੱਚ 5000 ਹੈਕਟੇਰ ਰਕਬੇ ਦੀ ਸਚਾਈ ਦੇ ਲਈ ਪਾਣੀ ਉਪਲਬਧ ਹੋਵੇਗਾ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ 32173 ਹੈਕਟੇਰ ਜ਼ਮੀਨ ਨੂੰ ਵੀ ਸਿੰਚਾਈ ਵਾਲਾ ਪਾਣੀ ਮਿਲ ਸਕੇਗਾ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੀ ਦੂਜੀ ਜੁਨਟ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦੇ ਨਾਮ ਹੇਠਾਂ ਬਣਾਈ ਜਾ ਰਹੀ ਹੈ ਮੋਦੀ ਦੇ ਦੇਸ਼ ਦੇ ਭਗਵਾਨ ਤਾਂ ਨਹੀਂ ਵਿਦਿਆਰਥੀਆਂ ਤੋਂ ਨਾਅਰੇ ਲਵਾਉਣ ਤੇ ਬੋਲੇ ਟਿਕਟ ਯੂਕਰੇਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਸਿਲਸਲਾ ਲਗਾਤਾਰ ਜਾਰੀ ਹੈ ਪਰ ਅਜੇ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਫਸੇ ਹੋਣ ਦੀ ਖਬਰ ਹੈ ਹਾਲੀ ਦੇ ਵਿੱਚ ਯੂਕਰੇਨ ਤੋਂ ਵਾਤਨ ਵਾਪਸੀ ਕਰਨ ਵੇਲੇ ਜਹਾਜ਼ ਵਿੱਚ ਮੰਤਰੀ ਵੱਲੋਂ ਪੀਐਮ ਮੋਦੀ ਦੇ ਜਿੰਦਾਬਾਦ ਦੇ ਨਾਅਰੇ ਲਗਵਾਏ ਜਾਣ ਤੇ ਕਿਸਾਨ ਨੇਤਾ ਰਿਕੇਸ਼ ਟਿਕਟ ਨੇ ਤਿੱਖਾ ਪ੍ਰਤੀਕਿਰਿਆ ਦਿੱਤੀ ਹੈ ਟਿਕਟ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਲਿਆਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੀ ਜਿਹੜੇ ਵਿਦਿਆਰਥੀ ਖੁਦ ਬਾਰਡਰਾਂ ਤੇ ਪਹੁੰਚ ਰਹੇ ਹਨ ਉਹਨਾਂ ਤੋਂ ਇਹ ਰਿਪੋਰਟ ਤੋਂ ਨਾਰੇ ਲਗਾਉਂਦੇ ਹੋਏ ਉਹਨਾਂ ਦੇ ਨਾਲ ਫੋਟੋਆਂ ਖਚਾਈਆਂ ਜਾ ਰਹੀਆਂ ਨੇ ਟਿਕਟ ਨੇ ਕਿਹਾ ਕਿ ਮੋਦੀ ਕੋਈ ਦੇਸ਼ ਦੇ ਭਗਵਾਨ ਨਹੀਂ ਹਨ ਜੋ ਉਹਨਾਂ ਲਈ ਨਾਰੇ ਲਗਵਾਏ ਜਾ ਰਹੇ ਹਨ ਬੀਜੇਪੀ ਵਾਲੇ ਹੁਣ ਯੂਕਰੇਨ ਦੇ ਵਿੱਚ ਵੀ ਵੋਟਾਂ ਦੀ ਪਾਲ ਕਰ ਰਹੇ ਨੇ ਫਾਈਜ਼ਰ ਕੈਨੇਡਾ ਦੇ ਵੱਲੋਂ ਤਿਆਰ ਬਲੱਡ ਪ੍ਰੈਸ਼ਰ ਦੀ ਗੋਲੀ ਨਾਲ ਕੈਂਸਰ ਦਾ ਖਤਰਾ ਬਲੱਡ ਪ੍ਰੈਸ਼ਰ ਦੀ ਗੋਲੀ ਨਾਲ ਕੈਂਸਰ ਹੋਣ ਦੇ ਖਤਰੇ ਨੂੰ ਵੇਖਦਿਆਂ ਫਾਈਜ਼ਰ ਕੈਨੇਡਾ ਦੇ ਵੱਲੋਂ ਆਪਣੀ ਦਵਾਈ ਦਾ ਸਾਰਾ ਲਾਟ ਵਾਪਸ ਮੰਗਾ ਲਿਆ ਗਿਆ ਜੀ ਹੈਲਥ ਕੈਨੇਡਾ ਦੀ ਪਰਖ ਦੌਰਾਨ ਫਾਈਜ਼ਰ ਕੈਨੇਡਾ ਦੀ ਗੋਲੀ ਮਿਆਰੀ ਸਾਬਤ ਨਹੀਂ ਹੋਈ ਕੰਪਨੀ ਨੇ ਇੱਕ ਹਫਤੇ ਦੇ ਵਿੱਚ ਆਪਣੀ ਦੂਜੀ ਵਾਰ ਦਵਾਈ ਬਾਜ਼ਾਰ ਦੇ ਵਿੱਚੋਂ ਵਾਪਸ ਮੰਗਾਉਣ ਦੇ ਹੁਕਮ ਦਿੱਤੇ ਨੇ ਮੋਗਾ ਦੇ ਵਿੱਚ ਦਿਨ ਦਿਹਾੜੇ પેટ્રોલ ਪੰਪ ਦੇ ਮੁਲਾਜ਼ਮ ਤੋਂ ਲੱਖ ਰੁਪਏ ਦੀ ਲੁੱਟ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਠਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਮਾਚੀ ਕੋਲੇ ਦਿਨ ਦਿਹਾੜੇ ਇੱਕ ਪੈਟਰੋਲ ਪੰਪ ਤੇ ਕਰਮਚਾਰੀਆਂ ਤੋਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਬਦਮਾਸ਼ਾਂ ਦੇ ਵੱਲੋਂ 365000 ਰੁਪਏ ਦੀ ਲੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਭਾਰਤ ਨੇ ਯੂਕਰੇਨ ਦੇ ਵੱਲੋਂ ਵਿਧਾਏ ਮਦਦ ਲਈ ਹੱਥ ਭਾਰਤੀ ਹਵਾਈ ਫੌਜ ਦੇ ਦੋ ਜਹਾਜ਼ਾਂ ਤੋਂ ਭੇਜੀ ਰਾਹਤ ਸਮੱਗਰੀ ਯੂਕਰੇਨ ਦੇ ਵਿੱਚ ਥਾਂ-ਥਾਂ ਤੇ ਤਬਾਹੀ ਦਾ ਮੰਜ਼ਰ ਇਸ ਦਰਮਿਆਨ ਭਾਰਤ ਨੇ ਯੂਕਰੇਨ ਵੱਲ ਮਦਦ ਦੇ ਹੱਥ ਵਿਧਾਏ ਨੇ ਯੂਕਰੇਨ ਦੇ ਇਸ ਮੁਸ਼ਕਲ ਹਾਲਾਤਾਂ 'ਚ ਭਾਰਤ ਨੇ ਉਸ ਦੀ ਮਦਦ ਲਈ ਰਾਹਤ ਸਮਗਰੀ ਭੇਜਣ ਦਾ ਫੈਸਲਾ ਕੀਤਾ ਭਾਰਤੀ ਹਵਾਈ ਫੌਜ ਉੱਤੇ ਲਗਾਤਾਰ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਿੱਚ ਲੱਗੀ ਉੱਥੇ ਹੀ ਹਵਾਈ ਫੌਜ ਵੱਲੋਂ ਸ਼ੁੱਕਰਵਾਰ ਨੂੰ ਮਨੁੱਖੀ ਮਦਦ ਭੇਜੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋ ਹੋਰ ਕਿਸ਼ਤਾਂ 'ਚ ਦਵਾਈਆਂ, ਮੈਡੀਕਲ ਯੰਤਰ ਅਤੇ ਸਮਗਰੀ ਆਦਿ ਯੂਕਰੇਨ ਦੇ ਲਈ ਮਦਦ ਭੇਜੀ ਜਾਵੇਗੀ। ਰਾਜਪੁਰਾ ਦੇ ਵਿੱਚ ਪੰਜਾਬ ਚ ਬੀਜੇਪੀ ਦੀ ਸਰਕਾਰ ਬਣੇਗੀ ਵੱਡੀ ਗਿਣਤੀ ਚ ਉਮੀਦਵਾਰ ਜਿੱਤਣਗੇ ਹਰਜੀਤ ਗਰੇਵਾਲ ਨੇ ਰਾਜਪੁਰਾ ਦੇ ਵਿੱਚ ਵੱਡਾ ਬਿਆਨ ਦਿੱਤਾ ਜੀ ਭਾਰਤ ਭਾਰਤੀ ਜਨਤਾ ਪਾਰਟੀ ਦੇ ਹਲਕਾ ਰਾਜਪੁਰਾ ਦੇ ਇੰਚਾਰਜ ਅਤੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਰਾਜਪੁਰਾ ਵਿਖੇ ਆਪਣੇ ਦਫਤਰ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਵੱਡੀ ਗਿਣਤੀ ਦੇ ਵਿੱਚ ਸਾਡੇ ਹੀ ਉਮੀਦਵਾਰ ਜਿੱਤਣਗੇ ਪਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਲਿਆਉਣ ਦੇ ਲਈ ਭੁਗਤਾ ਪ੍ਰਬੰਧ ਕੀਤੇ ਗਏ ਹਨ ਵਿਧਾਨ ਸਭਾ ਚੋਣਾਂ ਦੌਰਾਨ ਡਿਊਟੀ ਦਾ ਮਿਹਨਤਾਨਾ ਨਾ ਮਿਲਣ ਤੇ ਆਸ਼ਾ ਵਰਕਰਾਂ ਦੇ ਵਿੱਚ ਰੋਸ ਦਿੱਤਾ ਤਰਨਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਦਿਨ ਵੋਟਾਂ ਪਾਉਣ ਵਾਲੇ ਅਮਲ ਤੋਂ 15 ਦਿਨ ਪੂਰੇ ਹੋ ਗਏ ਨੇ 15 ਦਿਨ ਬੀਤ ਜਾਣ ਦੇ ਬਾਵਜੂਦ ਦੀਨਾ ਨਗਰ ਵਿਧਾਨ ਸਭਾ ਹਲਕੇ ਚ ਵੱਖ-ਵੱਖ ਪੋਲਿੰਗ ਬੂਥਾਂ ਤੇ ਡਿਊਟੀ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਅਜੇ ਤੱਕ ਉਹਨਾਂ ਦਾ ਬਣਦਾ ਮਿਹਨਤਾਨਾ ਨਹੀਂ ਪ੍ਰਾਪਤ ਹੋਇਆ ਮੇਂਡਾ ਨਾ ਨਾਮਿਲਨ ਤੇ ਇਲਾਕੇ ਦੀਆਂ ਸਮੂਚੀ ਆਸ਼ਾ ਵਰਕਰਾਂ ਦੇ ਵਿੱਚ ਰੂਸ ਪਾਇਆ ਜਾ ਰਿਹਾ ਹੈ। ਪ੍ਰਵਾਸ ਦੇ ਚਿੰਤਾਜਨਕ ਵਰਤਾਰੇ ਲਈ ਕਾਂਗਰਸ, ਕੈਪਟਨ ਅਤੇ ਕਾਲੀ ਭਾਜਪਾ ਸਰਕਾਰਾ ਜ਼ਿੰਮੇਵਾਰ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਮੇਤ ਭਾਰਤ ਤੋਂ ਨੌਜਵਾਨ ਦਿਮਾਗ ਅਤੇ ਪੈਸਾ ਬ੍ਰੇਨ ਮਨੀ ਡਰੇਨ ਵਿਦੇਸ਼ਾਂ ਨੂੰ ਜਾਣ ਤੇ ਗਹਿਰੀ ਚਿੰਤਾ ਪਰਗਟਾਵਾ ਕੀਤਾ ਹੈ ਮਾਨ ਨੇ ਕਿ ਆਜ਼ਾਦੀ ਮਿਲਣ ਤੋਂ ਬਾਅਦ ਪੰਜਾਬ ਅਤੇ ਕੇਂਦਰ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਡਾਕਟਰੀ, ਮੈਡੀਸਨ, ਇੰਜੀਨੀਅਰਿੰਗ, ਇਨਫੋਰਮੇਸ਼ਨ ਸਮੇਤ ਵਿਗਿਆਨ ਦੇ ਖੇਤਰਾਂ ਵਿੱਚ ਕੋਈ ਆਧੁਨਿਕ ਵਿਸ਼ਵ ਪੱਧਰੀ ਯੋਜਨਾ ਤੇ ਵਿਵਸਥਾ ਲਾਗੂ ਨਹੀਂ ਕੀਤੀ ਜਿਸ ਕਾਰਨ ਨੌਜਵਾਨਾਂ ਵਿੱਚੋਂ ਵਿਦੇਸ਼ਾਂ ਦੇ ਨਾਲ-ਨਾਲ ਪੈਸਾ ਵੀ ਵਿਦੇਸ਼ਾਂ ਨੂੰ ਜਾ ਰਿਹਾ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸੰਧੀ ਕਰ ਰਹੇ ਹਾਂ ਜੀ ਰੂਸ ਯੂਕਰੇਨ ਜੰਗ ਨੂੰ ਲੈ ਕੇ ਪਿੱਛੋਚਨ ਵਿੱਚ ਫਸੇ ਵਿਦਿਆਰਥੀਆਂ ਲਈ ਭਾਰਤ ਸਰਕਾਰ ਵੱਲੋਂ ਬਰਸਾ ਦਾ ਇੰਤਜ਼ਾਮ ਜੰਗ ਵਿਚਾਲੇ ਯੂਕਰੇਨ ਤੋਂ ਦਿੱਲੀ ਨੂੰ ਕੱਢਣ ਦੇ ਲਈ ਭਾਰਤ ਸਰਕਾਰ ਦਾ ਮਿਸ਼ਨ ਜਾਰੀ ਹੈ ਜੰਗ ਪ੍ਰਭਾਵਿਤ ਖਾਰਕੀਵ ਦੇ ਵਿੱਚ ਪਿੱਛੋਚਨ ਵਿੱਚ ਫਸੇ 298 ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਯੂਕਰੇਨ ਦੇ ਵਿੱਚ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਿੱਛੋਚਨ ਲਈ ਤਿੰਨ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਜਲਦੀ ਹੀ ਪੱਛਮ ਵੱਲ ਆਪਣਾ ਰਾਹ ਬਣਾਉਣਗੀਆਂ ਸਟੇਟ ਬੈਂਕ ਆਫ ਇੰਡੀਆ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਪਾਲ ਕੀ ਬਸਤੀ ਕੀਤੀ ਸੇਵਾ ਸਟੇਟ ਬੈਂਕ ਆਫ ਇੰਡੀਆ ਦੇ ਵੱਲੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਾਲ ਕੀ ਸਾਹਿਬ ਵਾਲੀ ਬਸ ਪੇੜ ਕੀਤੀ ਗਿਆ ਜਿਸ ਦੀਆਂ ਚਾਬੀਆਂ ਬੈਂਕ ਅਧਿਕਾਰੀਆਂ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਲੀ ਅਤੇ ਪਰਮਜੀਤ ਸਿੰਘ ਸਰੋਆ ਨੂੰ ਸੌਂਪਿਆ ਇਸ ਮੌਕੇ ਸ਼੍ਰੋਮਣੀ ਕਮੇਟੀ ਸਕੱਤਰ ਮਹਿੰਦਰ ਸਿੰਘ ਆਲੀ ਨੇ ਕਿਹਾ ਕਿ ਮਾਨਵਤਾ ਦੇ ਸਰਦਾ ਦੇ ਕੇਂਦਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਘਰ ਦੇ ਸਰਦਾਵਾਲੂ ਸਤਕਾਰ ਭੇਟਾ ਕਰਦੇ ਆਂ ਸੇਵਾਵਾਂ ਅਰਪਿਤ ਕਰਦੇ ਨੇ ਜਿਵੇਂ ਯੂਰਪ ਦੇ ਵਿੱਚ ਜਰਮਨੀ ਫਰਾਂਸ ਦੇ ਸਮੇਤ ਚਾਰ ਹੋਰ ਵੱਡੇ ਦੇਸ਼ਾਂ ਤੇ ਸਾਈਬਰ ਅਟੈਕ ਰੂਸ ਵੱਲੋਂ ਕੀਤੀ ਗਈ ਕਰਤੂਤ ਦਾ ਸ਼ੱਕ ਯੂਕਰੇਨ ਅਤੇ ਰੂਸ ਦੇ ਵਿੱਚ ਘਰ ਜੰਗ 10ਵੇਂ ਦਿਨ ਜਾਰੀ ਇਸ ਦੌਰਾਨ ਯੂਰਪੀ ਦੇਸ਼ਾਂ ਦੇ ਵਿੱਚ ਵੱਡੇ ਸਾਈਬਰ ਹਮਲੇ ਹੋਏ ਨੇ ਨਿਊਜ਼ ਏਜੰਸੀ AFP ਦੇ ਮੁਤਾਬਕ ਇਸ ਹਮਲੇ ਤੋਂ ਬਾਅਦ ਯੂਰਪ ਦੇ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਉਪਭੋਗਤਾਵਾਂ ਦਾ ਇੰਟਰਨੈਟ ਬੰਦ ਹੋ ਗਿਆ ਜਰਮਨੀ ਅਤੇ ਮੱਧ ਯੂਰਪ ਤੋਂ 11 ਗੀਗਾਵਾਟ ਦੀਆਂ ਲਗਭਗ 5800 ਵਿੰਡ ਟਰਬਾਈਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਯੂਰਪ ਦੇ ਕਈ ਹਿੱਸਿਆਂ ਵਿੱਚ ਨੈੱਟਵਰਕ ਆਊਟੇਜ ਜਾਰੀ ਹੈ। ਬਿਗ ਬਲੂ ਦੀ ਮੂਲ ਕੰਪਨੀ ਇਹ ਵੀ ਖਦਸਾ ਪ੍ਰਗਟਾਇਆ ਗਿਆ ਜੀ ਉਪਭੋਗਤਾ ਵੀ ਵਿਐਸਟੀ ਤੇ ਹੋਏ ਹਮਲੇ ਤੋਂ ਪ੍ਰਭਾਵਿਤ ਨੇ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਕਾਂਗਰਸ ਦੇ ਆਗੂ ਦੇ ਬੇਟੇ ਦੇ ਵਿਆਹ ਚ ਖਾਣਾ ਖਾ ਕੇ 1200 ਤੋਂ ਵੱਧ ਲੋਕ ਹੋਏ ਬਿਮਾਰ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਦੇ ਇੱਕ ਸਥਾਨਕ ਕਾਂਗਰਸੀ ਨੇਤਾ ਦੇ بیٹے ਦੇ ਵਿਆਹ ਵਿੱਚ ਖਾਣਾ ਖਾਣ ਤੋਂ ਬਾਅਦ 1200 ਲੋਕ ਬਿਮਾਰ ਹੋ ਗਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਇਹ ਘਟਨਾ ਵਿਸਨਗਰ ਤੁਲਕਾ ਦੇ ਸਾਵਲਾ ਪਿੰਡ ਦੇ ਸ਼ੁੱਕਰਵਾਰ ਦੇ ਰਾਤ ਵਕਤ ਹੋਈ ਉਹਨਾਂ ਨੇ ਦੱਸਿਆ ਕਿ ਵਿਆਹ ਸਮਾਗਮ ਵਿੱਚ ਪਰੋਸੇ ਗਏ ਭੋਜਨ ਦੇ ਸੈਂਪਲ ਫੋਰੈਂਸਿਕ ਸਾਇੰਸ ਲੈਬਾਰਟਰੀ ਅਤੇ ਫੂਡ ਐਂਡ ਡਰੱਗ ਵਿਭਾਗ ਨੂੰ ਜਾਂਚ ਦੇ ਲਈ ਇਕੱਤਰ ਕੀਤੇ ਗਏ ਹਨ ਯੂਕਰੇਨ ਦੀ ਸਰਹੱਦ ਚੋਂ ਪਾਸੇ ਜ਼ਿਲ੍ਹਾ ਸੰਗਰੂਰ ਦੇ ਨੌਜਵਾਨਾਂ ਨੂੰ ਵਤਨ ਵਾਪਸੀ ਦਾ ਇੰਤਜ਼ਾਰ ਜਾਣਕਾਰੀ ਦੇ ਅਨੁਸਾਰ ਸੰਗਰੂਰ ਦੇ ਮੂਨਕ ਨੇੜੇ ਪਿੰਡ ਪੁਟਾਲਕਲਾਂ ਦੇ ਨੌਜਵਾਨ ਬਲਜਿੰਦਰ ਸਿੰਘ ਜੋ ਕਿ ਆਪਣੀ ਪਤਨੀ ਦੋ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਛੱਡ ਕੇ ਯੂਕਰੇਨ ਭਾਸ਼ਾ ਦਾ ਕੋਰਸ ਕਰਨ ਗਿਆ ਸੀ ਮਾਚੀਵਾੜਾ ਜੂ ਮੈਡੀਕਲ ਨਸ਼ਾ ਜਵਾਨੀ ਨੂੰ ਤਬਾਹ ਕਰਨ ਲਈ ਲੱਗਿਆ ਟੀਕਿਆਂ ਦੇ ਆਦੀ ਹੋ ਰਹੇ ਨੇ ਨੌਜਵਾਨ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ 5 ਸਾਲਾਂ ਚ ਵਿੱਚ ਚਿੱਟੇ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਨਤ ਪਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਪਰ ਅੱਜ ਵੀ ਮਾਚੀਵਾੜਾ ਇਲਾਕੇ ਦੇ ਵਿੱਚ ਮਿੱਕ ਦਾ ਮੈਡੀਕਲ ਨਸ਼ਾ ਜਵਾਨੀ ਨੂੰ ਤਬਾਹ ਕਰ ਰਿਹਾ ਜਦਕਿ ਸਿਹਤ ਵਿਭਾਗ ਕੇਵਲ ਮੈਡੀਕਲ ਸਟੋਰਾਂ ਦੀ ਜਾਂਚ ਦੇ ਨਾਮ ਹੇਠਾਂ ਖਾਣਾ ਪੂਰਤੀ ਤੱਕ ਹੀ ਸੀਮਤ ਹੈ ਹੋਲੇ ਮਹੱਲਾ 2022 ਐਸਡੀਪੀਸੀ ਅਤੇ ਸਿੱਖ ਸੰਗਤਾਂ ਵੱਲੋਂ ਹੋਲੇ ਮਹੱਲੇ ਦੌਰਾਨ ਲਾਏ ਜਾਣਗੇ 250 ਲੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਵੱਲੋਂ ਤਾ ਸ਼ਨੀਵਾਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੀਟਿੰਗ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸਹਿਬਾਨਾਂ ਤੇ ਮੈਨੇਜਰ ਸ਼੍ਰੋਮਣੀ ਕਮੇਟੀ ਅਤੇ ਅਧਿਕਾਰੀਆਂ ਨਾਲ ਹੋਲੇ ਮੁਹੱਲੇ ਸੰਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੰਗਤ ਦੀ ਆਮਤ ਲੈ ਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਤੇ ਵਿਸਥਾਰ ਵਿੱਚ ਚਰਚਾ ਕੀਤੀ ਗਈ। 9 ਮਾਰਚ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਵੋਟ ਪਾਉਣ ਦਾ ਆਖਰੀ ਦਿਨ ਅਜੇ ਤੱਕ ਬੈਲਟ ਪੇਪਰ ਹੀ ਨਹੀਂ ਪਹੁੰਚੇ ਹਰਪਾਲ ਜੀਮਾ। ਪੰਜਾਬ ਵੱਲੋਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੋਟ ਪਾਉਣ ਚ ਹੋ ਰਹੀ ਪਰੇਸ਼ਾਨੀ ਦਾ ਮੁੱਦਾ ਚੋਣ ਕਮਿਸ਼ਨ ਕੋਲ ਉਠਾਇਆ ਗਿਆ ਹੈ। ਸ਼ਨੀਵਾਰ ਨੂੰ ਪਾਰਟੀ ਮੁਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਚੋਣਾਂ ਦੇ ਕੰਮਾਂ ਵਿੱਚ ਲੱਗੇ ਸਰਕਾਰੀ ਮੁਲਾਜ਼ਮਾਂ ਕੋਲੇ ਵੋਟ ਪਾਉਣ ਦਾ ਆਖਰੀ ਦਿਨ 9 ਮਾਰਚ ਪਰ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਵੋਟਾਂ ਪਾਉਣ ਲਈ ਲੋੜੀਂਦੀ ਗਿਣਤੀ ਦੇ ਵਿੱਚ ਬੈਲਟ ਪੇਪਰ ਹੀ ਉਪਲਬਧ ਨਹੀਂ ਕਰਵਾਏ ਗਏ। ਹਰਪਾਲ ਜੀ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਇਹ ਰਵੱਈਆ ਬੇਹੱਦ ਨਿਰਾਸ਼ਾਜਨਕ ਅਤੇ ਮਾੜਾ ਹੈ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਚੋਣ ਕਮਿਸ਼ਨ ਕੇਂਦਰ ਅਤੇ ਰਾਜ ਦੀਆਂ ਸੱਤਾਧਾਰੀ ਪਾਰਟੀਆਂ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ। ਰਾਜ ਸਭਾ 'ਚੋਂ ਅੱਗੇ ਭਾਜਪਾ ਮਜ਼ਬੂਤ ਨਹੀਂ ਰਹੇਗੀ ਤਾਂ ਵਿਵਾਦਿਤ ਬਿੱਲ ਪਾਸ ਕਰਾਉਣਾ ਹੋਵੇਗਾ ਮੁਸ਼ਕਲ। ਇੱਕੋ ਸਮੇਂ 5 ਸੰਸਦ ਮੈਂਬਰਾਂ ਦੇ ਕੱਟਣ ਨਾਲ ਭਾਜਪਾ ਬਿੱਲ ਕਿਵੇਂ ਪਾਸ ਕਰਵਾ ਸਕੇਗੀ? ਜਿਸ ਤਰ੍ਹਾਂ ਭਾਜਪਾ ਨੇ ਤਿੰਨ ਖੇਤੀ ਬਿੱਲ ਪਾਸ ਕਰਵਾ ਕੇ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਸਾਲ ਤੋਂ ਵੱਧ ਲੰਬੇ ਚੱਲੇ ਅੰਦੋਲਨ ਵਾਲੇ ਤੱਕਾ ਦਿੱਤਾ ਅਸੀਂ ਹੁਣ ਕਿਸੇ ਤਰ੍ਹਾਂ ਬਿੱਲ ਨੂੰ ਰਾਜ ਸਭਾ ਵਿੱਚ ਪਾਸ ਕਰਵਾਉਣ ਲਈ ਭਾਜਪਾ ਦਾ ਕੰਮ ਔਖਾ ਹੈ ਭਾਜਪਾ ਨੂੰ ਸੰਵਿਧਾਨ ਦੀ ਧਾਰਾ 370 ਵਿੱਚ ਸੋਧ ਜੰਮੂ ਕਸ਼ਮੀਰ ਦੀ ਵੰਡ ਤਿੰਨ ਤਲਾਕ ਨੂੰ ਸਜ਼ਾਯੋਗ ਅਪਰਾਧ ਬਣਾਉਣ ਆਦ ਦੇ ਬਿੱਲ ਜਿਹੜੇ ਹੁਣ ਤੇਲੰਗਾਨਾ ਬੀਜੂ ਜਨਤਾ ਦਲ ਰਾਸ਼ਟਰ ਸਮਿਤੀ ਅਤੇ YSR ਕਾਂਗਰਸ ਵਰਗੀਆਂ ਖੇਤਰੀ ਪਾਰਟੀਆਂ ਦੀ ਮਦਦ ਲੈਣੀ ਪਈ ਅਗਲੀ ਵੱਡੀ ਖਬਰ ਹੈ ਜੀ ਮਨਦੀਪ ਨੇ PTE ਚੋਂ ਹਾਸਲ ਕੀਤੇ 9 ਬੈਂਡ ਰੁਧਰਾ ਇਮੀਗ੍ਰੇਸ਼ਨ ਸੰਗਰੂਰ ਦੇ ਵਿਦਿਆਰਥੀ ਨੇ PTE ਪ੍ਰੀਖਿਆ ਚੋਂ ਵਧੀਆ ਪ੍ਰਦਰਸ਼ਨ ਕਰਕੇ 9 ਬੈਂਡ ਹਾਸਲ ਕੀਤੇ ਹਨ ਇਜ਼ਰਾਈਲ ਦੇ ਕਾਉਂਸਲਰ ਜਨਰਲ ਕੌਬੀ ਸ਼ੋਨਾਨੀ ਨੇ ਸ੍ਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਇਜ਼ਰਾਈਲ ਦੇ ਕਾਉਂਸਲ ਜਨਰਲ ਸ਼ੋਬੀ ਸ਼ੂਸ਼ਾਨੀ ਨੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਪਰਨੀਤ ਪਾਲ ਸਿੰਘ ਬਣੇ ਖਾਲਸਾ ਵਾਚ ਕੰਪਨੀ ਆਸਟ੍ਰੇਲੀਆ ਦੇ ਬ੍ਰਾਂਡ ਅਵੈਸਟਰ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 골ਡ ਪ੍ਰਾਈਸ ਟੂਡੇ ਨੂੰ ਲੈ ਕੇ 53500 435 ਰੁਪਏ ਤੇ ਪਹੁੰਚੀ 24 ਕੈਰੇਟ ਸੋਨੇ ਦੀ ਕੀਮਤ ਆਪਣੇ ਸ਼ਹਿਰ ਦੇ ਵਿੱਚ ਰੇਟ ਜਾਣਨ ਦੇ ਲਈ ਤੁਸੀਂ ਚੈਨਲ ਦੇ ਪਾਈ ਸ਼ਾਰਟ ਵੀਡੀਓ ਚੈੱਕ ਕਰੋ ਵਿਦੇਸ਼ ਮੰਤਰਾਲੇ ਨੇ ਕੀਤਾ ਦਾਵਾ ਯੂਕਰੇਨ ਤੋਂ ਹੁਣ ਤੱਕ ਵੀ ਹਜ਼ਾਰ ਤੋਂ ਵੱਧ ਭਾਰ ਦੇਣਾਂ ਨੂੰ ਵਾਪਸ ਲਿਆਂਦਾ ਗਿਆ ਹੈ ਆਪਰੇਸ਼ਨ ਗੰਗਾ ਦੇ ਤਹਿਤ 48 ਉਡਾਨਾਂ ਦੇ ਵਿੱਚ 10348 ਨੂੰ ਲੈ ਕੇ ਭਾਰਤ ਪਹੁੰਚੇ ਹਨ ਤੇ ਅਗਲੇ 24 ਘੰਟਿਆਂ 'ਚ 16 ਹੋਰ ਉਡਾਨਾਂ ਦਾ ਸਮਾਸਾਰਨੀ ਸੈੱਟ ਕੀਤਾ ਪਿਆ ਹੈ। ਉਹ ਜਿਹੜੇ ਲੋਕ ਅਜੇ ਵੀ ਯੂਕਰੇਨ ਵਿੱਚ ਹਨ ਉਡਾਨਾਂ ਦਾ ਸਮਾਨ ਨਿਧਾਰਤ ਕਰਨਾ ਜਾਰੀ ਰੱਖਾਂਗੇ। ਅਰਦਮ ਬਾਗਜੀ ਚੋਰੀ ਦੇ 5 ਮੋਟਰਸਾਈਕਲਾਂ ਸਣੇ 2 ਕਾਬੂ ਉਸ ਸਥਾਨਕ ਪੁਲਿਸ ਵੱਲੋਂ ਚੋਰੀ ਦੇ 5 ਮੋਟਰਸਾਈਕਲਾਂ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤੇ ਜਾਣ ਦੀ ਖਬਰ ਹੈ ਜਾਣਕਾਰੀ ਦਿੰਦੇ ਆ ਸੁਖਵਿੰਦਰ ਸਿੰਘ ਚੌਂਕੀ ਚਾਰਜ ਸਮੁੰਦਰਾਣਾ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਕੀਤੀ ਗਈ ਨਾਕਾਬੰਦੀ ਦੌਰਾਨ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਮਨਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਤੇ ਬਲਬੀਰ ਸਿੰਘ ਵਾਸੀ ਸੋਹੰਦੜਾ ਜ਼ਿਲ੍ਹਾ ਭਗਤ ਸਿੰਘ ਨਗਰ ਵਜੋਂ ਹੋਈ ਹੈ ਯੂਕਰੇਨ ਤੋਂ ਪਰਤੇ ਹਰਮਿੰਦਰ ਸਿੰਘ ਨੇ ਬਿਆਨ ਕੀਤੀ ਦਾਸਤਾ ਉਸ ਦਾ ਕਹਿਣਾ ਹੈ ਕਿ ਯੂਕਰੇਨ ਦੇ ਯੂਜ਼ ਰੂਡਸ ਨੈਸ਼ਨਲ ਯੂਨੀਵਰਸਿਟੀ ਚ ਡਾਕਟਰੀ ਪੜਾਈ ਕਰਨ ਵਾਲੇ ਅਖੀਰਲੇ ਸਾਲ ਦੇ ਵਿਦਿਆਰਥੀ ਅੱਜ ਫੇਜ਼ 11 ਚੋਂ ਆਪਣੇ ਘਰ ਪਹੁੰਚਿਆ ਉਸਨੇ ਦੱਸਿਆ ਕਿ ਪੂਲੈਂਡ ਬਾਰਡਰ ਤੋਂ 200 ਕਿਲੋਮੀਟਰ ਦੂਰ ਹੈ ਤੇ ਉੱਥੇ ਵੀ 100 ਦੇ ਕਰੀਬ ਭਾਰਤੀ ਵਿਦਿਆਰਥੀ ਜਿਹੜੇ ਫਸੇ ਹੋਏ ਹਨ ਜਿਨ੍ਹਾਂ ਕੋਲੇ ਖਾਣ ਪੀਣ ਦਾ ਸਮਾਨ ਵੀ ਖਤਮ ਹੋ ਚੁੱਕਾ ਹੈ 50000 ਰੁਪਏ ਦੀ ਰਾਸ਼ੀ ਵਾਪਸ ਕਰਕੇ ਦਿਖਾਈ ਇਮਾਨਦਾਰੀ ਮੁਖਤਸਰ ਦੇ ਵਿੱਚ ਕਾੜਤੀਏ ਤੋਂ ਗਲਤੀ ਨਾਲ 50000 ਰੁਪਏ ਦੀ ਰਾਸ਼ੀ ਕਿਸੇ ਹੋਰ ਵਿਅਕਤੀ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਕਿ ਬਾਅਦ ਵਿੱਚ ਚਾੜਤੀਆ ਪਰੇਸ਼ਾਨ ਹੋ ਗਿਆ ਕੁਝ ਸਮੇਂ ਬਾਅਦ ਹੀ ਵਿਅਕਤੀ ਦੇ ਖਾਤੇ ਵਿੱਚ ਰਾਸ਼ੀ ਨੂੰ ਵਾਪਸ ਆੜਤੀਏ ਨੂੰ ਦੇ ਕੇ ਇਮਾਨਦਾਰੀ ਦਿਖਾਈ ਗਈ ਰਾਣਾ ਸੋਢੀ ਦੇ ਸੁਖਪਾਲਨ ਨੂੰ ਤੇ ਪਰਚਾ ਦਰਜ ਹੈ ਸੋ ਮੁੱਖ ਸਾਬਕਾ ਮੰਤਰੀ ਰਾਣਾ ਸੋਢੀ ਮੁੱਖ ਸੰਸਦ ਮਿਕਤਰ ਸੁਖਪਾਲਨ ਨੂੰ ਦੇ ਖਿਲਾਫ थाना सदर ਫਿਰੋਜ਼ਪੁਰ ਵਿੱਚ ਕੁੱਟਮਾਰਕਰ ਤੇ ਧਮਕੀਆਂ ਦੇਣ ਦਾ ਪਰਚਾ ਦਰਜ ਕੀਤਾ ਗਿਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 31 ਮਾਰਚ ਤੱਕ ਪੈਨ ਨੂੰ ਆਧਾਰ ਕਾਰਡ ਨਾਲ ਕਰਾਓ ਲਿੰਕ ਨਹੀਂ ਤਾਂ ਲੱਗੇਗਾ 10000 ਦਾ ਜੁਰਮਾਨਾ ਜੇਕਰ ਤੁਸੀਂ ਹਾਲੇ ਤੱਕ ਨਹੀਂ ਕਰਾਇਆ ਤਾਂ ਜਲਦੀ ਜਲਦੀ ਕਰਾ ਲਓ ਕਿਉਂਕਿ 31 ਤਰੀਕ ਤੋਂ ਬਾਅਦ ਤੁਹਾਨੂੰ 10000 ਰੁਪਏ ਦਾ ਜੁਰਮਾਨਾ ਦਿੱਤਾ ਜਾਵੇਗਾ ਜੇਕਰ ਤੁਸੀਂ 31 ਮਾਰਚ ਤੱਕ ਆਪਣੇ ਪੈਨ ਨੂੰ ਆਧਾਰ ਕਾਰਡ ਨਾਲ ਨਹੀਂ ਜੋੜਿਆ ਤਾਂ ਇਹ ਅਯੋਗ ਕਰਾਰ ਦੇ ਦਿੱਤਾ ਜਾਵੇਗਾ ਅਯੋਗ ਪੈਨ ਦਾ ਇਸਤੇਮਾਲ ਕਰਨ ਤੇ 10000 ਰੁਪਏ ਜੁਰਮਾਨਾ ਹੈ ਯੂਕਰੇਨ ਤੋਂ ਪਰਤਿਆ ਖੇਡੀ ਕਲਾ ਦਾ ਵਿਦਿਆਰਥੀ ਪੰਜਾਬ ਸਰਕਾਰ ਦੇ ਨਾਲ ਦਿਖਾਈ ਨਾਰਾਜ਼ਗੀ ਮੈਂ ਪਾਜਪਾ ਦੇ ਹੱਕ ਚ ਵੋਟ ਪਾਉਣ ਲਈ ਜਨਤਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੇਪੀ ਨੱਡਾ ਕਲਸਟਰ ਪੱਧਰ ਤੇ ਹੋਣਗੀਆਂ ਪ੍ਰੀਖਿਆਵਾਂ ਤੀਜੀ ਪੰਜਵੀਂ ਅੱਠਵੀਂ ਤੇ ਨੌਵੀਂ ਤੇ 11ਵੀਂ ਕਲਾਸ ਦੇ ਹੋਣਗੇ ਪੇਪਰਸ ਉਹ ਡੇਟ ਸ਼ੀਟ ਸਕੂਲਾਂ ਨੂੰ ਤਿਆਰ ਕਰ ਰਹੇ ਨੇ ਜਿਸ ਦੇ ਵਿੱਚ ਕਲਸਟਰ ਦੇ ਸਾਰੇ ਪੇਪਰ ਸਕੂਲਾਂ ਨੂੰ ਇੱਕੋ ਜਿਹੀ ਡੇਟ ਸ਼ੀਟ ਬਣਾ ਕੇ ਪੇਪਰ ਲੈ ਜਾਣਗੇ ਜ਼ਿਕਰ ਜੋਗੇ ਕਿ ਸ਼ਹਿਰ ਦੇ 114 ਸਰਕਾਰੀ ਤੇ 20 ਕਲਸਟਰਾਂ ਦੇ ਵਿੱਚ ਸਕੂਲ ਮੰਡੇ ਗਏ ਹਨ। ਪਾਖੜਾ ਵਿਆਸ ਮੈਨੇਜਮੈਂਟ ਬੋਰਡ ਚ ਪੰਜਾਬ ਅਤੇ ਹਰਿਆਣਾ ਦੀ ਨੁਮਾਇੰਦਗੀ ਖਤਮ ਕਰਨ ਦੇ ਵਿਰੋਧ ਚ ਕੇਂਦਰ ਸਰਕਾਰ ਦਾ ਪੁਤਲਾ ਖੂਕਿਆ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਬਾਬਾ ਸੋਹਣ ਸਿੰਘ ਪੱਕਣਾ ਜੋਨ ਦੇ ਆਗੂ ਲਖਮਿੰਦਰ ਡਾਲਾ ਨੇ ਰਾਜ ਸਿੰਘ ਤਾਜੇ ਚੱਕ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਨਿੱਜੀਕਰਨ ਦੀ ਨੀਤੀ ਦੇ ਚੱਲਦੇ ਹੋਏ ਸੂਬੇ ਦੇ ਸੰਗੀ ਟਾਂਚੇ ਦੇ ਵੱਡਾ ਵਾਰ ਕੀਤਾ ਗਿਆ ਯੂਕਰੇਨ ਸੰਕਟ ਤੇ ਪ੍ਰਧਾਨ ਮੰਤਰੀ ਮੋਦੀ ਨੇ ਸੱਦੀ ਉੱਚ ਪਦਰੀ ਮੀਟਿੰਗ ਸੁਪ ਉੱਚ ਪਦਰੀ ਬੈਠਕ ਦੇ ਵਿੱਚ ਯੂਕਰੇਨ ਦੇ ਪਿਸੋਚਨ ਖਾਰਕੀਵ ਅਤੇ ਸੂਮੀ ਵਰਗੇ ਸ਼ਹਿਰਾਂ ਨੂੰ ਵਸੇ 2 ਤੋਂ 3000 ਭਾਰਤੀਆਂ ਵਿਚਾਲੇ ਹੋ ਰਹੀ ਹੈ ਸਿੱਖਾ ਤੇ ਕਮਿਊਨਿਸਟ ਤਿਰਾਂ ਦਾ ਮਲੇ ਮੇਲ ਮਲਾਪ ਹੀ ਪੰਜਾਬ ਨੂੰ ਮੌਜੂਦ ਕਰੇਗਾ ਡਾਕਟਰ ਦਰਸ਼ਨਪਾਲ ਕੇਂਦਰੀ ਸਿੱਖ ਸਭਾ ਦੇ ਵੱਲੋਂ ਜਥੇਬੰਦ ਸੈਮੀਨਾਰ ਸਿੱਖ ਅਤੇ ਕਮਿਊਨਿਸਟ ਤਰ੍ਹਾਂ ਦੇ ਬੁਲਾਰਿਆਂ ਨੇ ਕਿਹਾ ਕਿ ਦੋਨਾਂ ਵੱਖਰੀਆਂ ਵੱਖਰੀਆਂ ਵਿਚਾਰ ਤਰ੍ਹਾਂਵਾਂ ਦੇ ਦਰਮਿਆਨ ਆਪਸੀ ਮੇਲ ਮਲਾਪ ਵਧਾ ਕੇ ਉਸਾਰੀ ਹੱਕਾਂ ਦੀ ਲਹਿਰ ਨੂੰ ਪੰਜਾਬ ਚੋਂ ਮੌਜੂਦਾ ਸੰਕਟ ਤੋਂ ਕੱਢ ਸਕਦੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਜਦੋਂ ਦਿੱਲੀ ਵਾਲੇ ਕਿਸਾਨ ਜਥੇਬੰਦੀਆਂ ਨੇ 26 ਨਵੰਬਰ 2020 ਨੂੰ ਮਾਰਚ ਪੰਜਾਬ ਅੰਦਰ ਬਾਗੀ ਹੋ ਕੇ ਪੁਲਸ ਨਾਕੇ ਹਰਿਆਣਾ ਤੇ ਰਾਜਸਥਾਨ ਵਾਲੇ ਥੋੜੇ ਸੰਤਾ ਲੀਡਰਾਂ ਨੂੰ ਦਿੱਲੀ ਬਾਰਡਰਾਂ ਤੇ ਪਹੁੰਚਣ ਦੇ ਲਈ ਮਜਬੂਰ ਵੀ ਕੀਤਾ ਸੀ ਲਾਈਵ ਸ਼ੋਅ ਦੇ ਦੌਰਾਨ ਗਾਇਕ ਏ ਪੀ ਢਿੱਲੂ ਤੇ ਹਮਲਾ ਪੰਜਾਬੀ ਗਾਇਕ ਏ ਪੀ ਢਿੱਲੂ ਵਿਦੇਸ਼ਾਂ ਦੇ ਵਿੱਚ ਲਾਈਵ ਸ਼ੋਅ ਕਰ ਰਹੇ ਨੇ ਸ਼ੋਅ ਦੇ ਦੌਰਾਨ ਕਿਸੇ ਪਰੇ ਦੇ ਵੱਲੋਂ ਏ ਪੀ ਢਿੱਲੂ ਦੇ ਨਾਲ ਉਸ ਵੇਲੇ ਤੱਕામੁਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਸ਼ੋਅ ਕਰਦਾ ਹੋਇਆ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਆ ਗਿਆ ਢਿੱਲੂ ਦੇ ਬੌਂਸਰਾਂ ਨੇ ਤੱਕામੁਕੀ ਕਰਨ ਵਾਲੇ ਮਿਰਕਤੀ ਨੂੰ ਫੜ ਲਿਆ ਪਰ ਉਹ ਏ ਪੀ ਢਿੱਲੂ ਨੇ ਉਸਦੇ ਨਾਲ ਕੋਟ ਮਰਜ਼ਾ ਦੁਰਵਿਵਹਾਰ ਕਰਨ ਤੋਂ ਮਨਾ ਕਰ ਦਿੱਤਾ ਪੰਜਾਬ ਵਿੱਚ ਪਿਛਲੇ 24 ਘੰਟਿਆਂ 'ਚ 15 ਉਡਾਨਾਂ ਪਹੁੰਚੀਆਂ ਨੇ ਭਾਰਤ ਅਰਮਿੰਦ ਬਾਗਚੀ ਨੇ ਵੱਡਾ ਬਿਆਨ ਦਿੱਤਾ ਹੈ ਜਿਸ ਦੇ ਵਿੱਚ 13000 ਤੋਂ ਵੱਧ ਭਾਰਤੀਆਂ ਨੂੰ ਲੈ ਕੇ 63 ਉਡਾਨਾਂ ਪਿਛਲੇ 24 ਘੰਟਿਆਂ 'ਚ ਪਹੁੰਚੀਆਂ